ਫਾਰ ਬੋਇਜ਼ ਦੀ ਟੀਮ। ਹੁਣ ਮੇਰਾ ਤੀਸਰਾ ਤੇ ਆਖਰੀ ਸੱਦਾ ਖਾਲਸਾ ਕਾਲਜ। ਗੱਭਰੂ ਲੈਣ ਫੁਲਕਾਰੀਆਂ ਨਾਰਾਂ, ਦੇਸ ਪੰਜਾਬ ਦੀਆਂ ਨਈ ਰੀਸਾਂ ਮੇਰੇ ਯਾਰਾ। ਹੁਣ ਇੰਤਜ਼ਾਰ ਦੀਆਂ ਘੜੀਆਂ ਖਤਮ ਨੇ ਜੀ, ਵਾਰੀ ਹੈ ਇਸ ਸਾਲ ਦੇ ਅੰਤਰ ਜ਼ੋਨਲ ਯੁਵਕ ਮੇਲੇ ਦੇ ਨਤੀਜਿਆਂ ਦੀ। ਦੇਖਦੇ ਹਾਂ ਜਿੱਤ ਦੇ ਸਿਹਰੇ ਕਿਹੜੀਆਂ ਕਿਹੜੀਆਂ ਟੀਮਾਂ ਦੇ ਸਿਰ ਤੇ ਵੱਜਦੇ ਨੇ। ਪੇਂਟਿੰਗ ਮੁਕਾਬਲੇ ਵਿੱਚ ਜਿਹੜੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ਹੈ ਉਹ ਹੈ ਜੀ ਐਚ ਕਾਲਜ, ਤੇ ਪਹਿਲੇ ਸਥਾਨ ਤੇ ਰਹਿਣ ਵਾਲੀ ਟੀਮ ਹੈ Ashke College for Girls। ਲਓ ਜੀ ਹੁਣ ਵਾਰੀ ਹੈ ਅੱਜ ਦੇ ਅਹਿਮ ਮੁਕਾਬਲੇ ਦੇ ਨਤੀਜੇ ਦੀ, ਯਾਨੀ ਕਿ ਭੰਗੜੇ ਦੀ। ਤੇ ਜਿਹੜੀ ਟੀਮ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ ਉਹ ਹੈ GH College। ਦੂਜੇ ਸਥਾਨ